ਹੈਲੋ ਐਵਰੀਵਨ, ਵੈਲਕਮ ਔਰ ਵੈਲਕਮ ਬੈਕ ਟੂ ਮਾਈ ਚੈਨਲ ਬੀ ਏ ਸਮੈਸਟਰ 4 ਪੰਜਾਬੀ ਲਾਜ਼ਮੀ ਦੇ ਵਿੱਚ। ਅੱਜ ਆਪਾਂ ਕਵਿਤਾਵਾਂ ਦੇ ਸ਼ੋਰਟ ਕੁਸ਼ਚਨ ਕਵਰ ਕਰਾਂਗੇ। ਵਨ ਬਾਈ ਵਨ ਟੋਪਿਕਸ ਨੂੰ ਕਵਰ ਕਰ ਰਹੇ ਹਾਂ ਅਤੇ ਨਾਲ ਹੀ ਦੋ ਤਿੰਨ ਵੀਡੀਓਜ਼ ਦੇ ਵਿੱਚ ਜਿਹੜਾ ਹੈਗਾ ਮੈਂ ਸ਼ੋਰਟ ਕੁਸ਼ਚਨ ਕਵਰ ਕਰਵਾ ਦਾਂਗੀ। ਜਿਨ੍ਹਾਂ ਨੇ ਪਲੇਲਿਸਟ ਨਹੀਂ ਦੇਖੀ ਪ੍ਰੀਵੀਅਸ ਵੀਡੀਓਜ਼ ਦੀ, ਤਾਂ ਪਲੇਲਿਸਟ ਆਲਰੇਡੀ ਬਣੀਆਂ ਹੋਈਆਂ ਨੇ। ਕਾਫੀ ਸਾਰਾ ਸਿਲੇਬਸ, ਪੈਟਰਨ, ਅਪਡੇਟਸ, ਨੋਟਸ ਵਗੈਰਾ ਮੈਂ ਲਿੰਕ ਜਿਹੜੇ ਨੇ ਡਿਸਕ੍ਰਿਪਸ਼ਨ ਬੋਕਸ ਦੇ ਵਿੱਚ ਪੇਸਟ ਕਰ ਦਿੰਦੀ ਹੁੰਦੀ ਹਾਂ, ਤਾਂ ਉੱਥੋਂ ਦੀ ਤੁਸੀਂ ਲੱਭ ਸਕਦੇ ਹੋ। ਬਾਕੀ ਪਲੇਲਿਸਟ ਬਣੀਆਂ ਹੋਈਆਂ ਨੇ, ਟੈਲੀਗ੍ਰਾਮ ਨੂੰ ਫੋਲੋ ਕਰ ਲਿਓ, ਉੱਥੇ ਵੀ ਕਾਫੀ ਸਾਰੇ ਨੋਟਸ, ਪੀਡੀਐਫਸ, ਲਿੰਕਸ, ਅਪਡੇਟਸ ਨੇ। ਸੋ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ। ਭਾਈ ਵੀਰ ਸਿੰਘ, ਠੀਕ ਹੈ, ਇਹਨਾਂ ਦੀ ਲਿਖੀ ਹੋਈ ਕਵਿਤਾ ਹੈਗੀ ਹੈ ਅਟਕ। ਅਟਕ ਮਤਲਬ ਕਿ ਅਟਕਣਾ ਨਹੀਂ ਹੈਗਾ, ਜਾਂ ਫਿਰ ਅਟਕ ਦਾ ਮਤਲਬ ਇੱਕ ਹੈ ਰੋੜਾ। ਅਤੇ ਇਹ ਲਈ ਵੀਡੀਓ ਦੀ ਵੀ ਜਿਹੜੀ ਪਲੇਲਿਸਟ ਹੈ ਮੈਂ ਬਣਾਈ ਹੋਈ ਹੈ, ਪਹਿਲਾਂ ਉਸ ਵੀਡੀਓ ਨੂੰ ਦੇਖ ਕੇ ਆਓ, ਫਿਰ ਅਗਰ ਤੁਸੀਂ ਸ਼ੋਰਟ ਕੁਸ਼ਚਨ ਕਰੋਗੇ ਤਾਂ ਈਜ਼ਲੀ ਤੁਹਾਨੂੰ ਸਮਝ ਆ ਜਾਣਗੇ। ਤਾਂ ਕਵੀ ਅਨੁਸਾਰ ਅਟਕ ਤੋਂ ਕੀ ਭਾਵ ਹੈ? ਅਟਕ ਤੋਂ ਭਾਵ ਹੈ ਕਿ ਜਿਹੜਾ ਕਿਤੇ ਰੁਕਦਾ ਨਹੀਂ, ਅਟਕਦਾ ਨਹੀਂ ਹੈਗਾ, ਨਿਰੰਤਰ ਆਪਣੀ ਮੰਜ਼ਿਲ ਵੱਲ ਅੱਗੇ ਵੱਧਦਾ ਜਾਂਦਾ ਹੈ। ਕਿਉਂਕਿ ਕਵੀ ਕਹਿੰਦੇ ਨੇ ਕਿ ਗਤੀ, ਅੱਗੇ ਵਧਣਾ ਹੀ ਜ਼ਿੰਦਗੀ ਹੈ, ਤਾਂ ਰੁਕ ਜਾਣ ਦਾ ਅਰਥ ਕੀ ਹੈ? ਮੌਤ ਹੈ। ਇਸ ਨਜ਼ਮ ਦੀ ਕਾਵਿਧੀ ਦੱਸੋ, ਇਸ ਕਵਿਤਾ ਦੀ ਕਾਵਿਧੀ ਇਹ ਜਿਹੜੀ ਹੈਗੀ ਹੈ ਪ੍ਰਸ਼ਨ ਉੱਤਰ ਸ਼ੈਲੀ ਦੇ ਵਿੱਚ ਲਿਖੀ ਹੋਈ ਜਿਹੜੀ ਹੈਗੀ ਹੈ ਕਵਿਤਾ ਹੈਗੀ ਹੈ। ਇਸਦੇ ਕੁੱਲ 7 ਖੰਡ ਨੇ ਅਤੇ ਹਰੇਕ ਖੰਡ ਦੇ ਵਿੱਚ 4 ਟੁਕੜੀਆਂ ਨੇ। ਹਰ ਟੁਕੜੀ ਦੇ ਵਿਚਲਾ ਜਿਹੜਾ ਵਾਕ ਹੈਗਾ ਅੱਗੋਂ 4 ਵਾਕੰਸ਼ਾਂ ਦੇ ਵਿੱਚ ਜਿਹੜਾ ਹੈ ਵੰਡਿਆ ਹੋਇਆ ਹੈ। ਹਰੇਕ ਵਾਕੰਸ਼ ਵਿੱਚ 8-8 ਵਰਣ ਨੇ, 8-8-8-8 ਯਾਨੀ ਕਿ 32 ਵਰਣ। ਇਹ ਤੋਲ ਕਬਿਤ ਛੰਦ ਦਾ ਜਿਹੜਾ ਹੈਗਾ ਇਹ ਕਾਵਿਧੀ ਇਸ ਕਵਿਤਾ 'ਚ ਵਰਤੀ ਗਈ ਹੈ। ਇੰਪੋਰਟੈਂਟ ਕੁਸ਼ਚਨ ਨੇ ਦੋਨੋਂ ਹੀ ਪਹਿਲੇ ਵਾਲੇ। ਤਾਂ ਇਸ ਕਵਿਤਾ ਦੇ ਰਾਹੀਂ ਜਿਹੜਾ ਹੈ ਕਵੀ ਕੀ ਸੰਦੇਸ਼ ਦੇਣਾ ਜਾ ਰਿਹਾ, ਉੱਪਰ ਵਾਲਾ ਜਿਹੜਾ ਕੁਸ਼ਚਨ ਹੈ ਜਿਹੜਾ ਆਪਾਂ ਕੀਤਾ ਇਹ ਵੀ ਤੁਸੀਂ ਲਿਖ ਸਕਦੇ ਹੋ, ਜਾਂ ਫਿਰ ਜਿਹੜਾ ਹੈ ਕਵੀ ਕੀ ਕਹਿਣਾ ਚਾਹ ਰਿਹਾ। ਕਵੀ ਕਹਿੰਦਾ ਕਿ ਮਿਲ ਜੁਲ ਕੇ ਜਿਹੜਾ ਹੈ ਸਾਹਸ ਦੇ ਨਾਲ, ਵਿਉਂਤਬੰਦੀ ਦੇ ਨਾਲ, ਪਲੈਨਿੰਗ ਦੇ ਨਾਲ ਜਿਹੜਾ ਹੈ ਸਾਨੂੰ ਅੱਗੇ ਜਿਹੜਾ ਹੈ ਆਪਣੇ ਦੁਸ਼ਮਣਾਂ ਦਾ ਮੁਕਾਬਲਾ ਕਰਨ ਲਈ ਅੱਗੇ ਵਧਣਾ ਚਾਹੀਦਾ ਹੈਗਾ। ਅਤੇ ਅੱਗੇ ਵਧਣ ਦਾ ਸੰਦੇਸ਼ ਜਿਹੜਾ ਹੈ ਇਸਦੇ ਵਿੱਚ ਦਿੱਤਾ ਗਿਆ। ਅਤੇ ਭੂਤਕਾਲ ਯਾਨੀ ਕਿ ਪਾਸਟ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਤੋਂ ਬਚਣ ਦੀ ਵੀ ਨਸੀਹਤ ਜਿਹੜੀ ਹੈਗੀ ਦਿੱਤੀ ਹੋਈ ਆ। ਕਵੀ ਨੇ ਜੀਵਨ ਦੀ ਸਫਲਤਾ ਦੇ ਕਿਹੜੇ ਗੁਰ ਦੱਸੇ ਨੇ ਕਿ ਕਿਵੇਂ ਅਸੀਂ ਸਫਲ ਹੋ ਸਕਦੇ ਹਾਂ? ਤਾਂ ਕਵੀ ਨੇ ਦੱਸਿਆ ਕਿ ਜਿਹੜੀਆਂ ਕੌਮਾਂ ਜਾਂ ਵਿਅਕਤੀ ਸਦਾ ਹਮੇਸ਼ਾ ਅੱਗੇ ਤੁਰੇ ਜਾਂਦੇ ਨੇ, ਕਦੇ ਵੀ ਰੁਕਦੇ ਨਹੀਂ, ਅਟਕਦੇ ਨਹੀਂ ਹੈ, ਆਪਣੀ ਮੰਜ਼ਿਲ ਦੇ ਉੱਤੇ ਜ਼ਰੂਰ ਹੀ ਪਹੁੰਚ ਜਾਂਦੇ ਨੇ ਅਤੇ ਉਹਨਾਂ ਨੂੰ ਕੋਈ ਵੀ ਰੋਕ ਵੀ ਨਹੀਂ ਸਕਦਾ। ਇਸ ਕਾਵਿ ਭਾਸ਼ਾ ਦੀ ਵੱਖਰਤਾ ਦੱਸੋ, ਮਤਲਬ ਕਿੱਦਾਂ ਇਹ ਅਲੱਗ ਹੈ ਜਿਹੜੀ ਇਸਦੀ ਪੋਇਮ ਦੀ ਭਾਸ਼ਾ ਸ਼ੈਲੀ ਹੈ। ਤਾਂ ਇਸ ਨਜ਼ਮ ਦੀ, ਇਸ ਕਵਿਤਾ ਦੀ ਜਿਹੜੀ ਕਾਵਿ ਭਾਸ਼ਾ ਹੈਗੀ ਹੈ ਉਸ 'ਤੇ ਗੁਰਬਾਣੀ ਸ਼ਬਦਾਵਲੀ, ਸ਼ਬਦ ਜੋੜਾਂ ਦਾ ਪ੍ਰਭਾਵ ਵੇਖਣ ਨੂੰ ਮਿਲਦਾ। ਬੁੱਧੀ, ਜੁਗਤੀ, ਬਿਨਸ ਆਦਿਕ ਸ਼ਬਦ ਗੁਰਬਾਣੀ ਦੇ ਜਿਹੜੇ ਨੇ ਸ਼ਬਦ ਨੇ, ਅਟਕਿਆ, ਤੁਰਿਆ, ਹਟਿਆ ਆਦਿ ਵੀ ਜਿਹੜੇ ਨੇ ਪੁਰਾਤਨ ਪੰਜਾਬੀ ਦੀ ਝਲਕ ਦਿੰਦੇ ਨੇ। ਤਾਂ ਜਿਹੜੀ ਇਸਦੀ ਭਾਸ਼ਾ ਹੈਗੀ ਹੈ ਗੁਰਬਾਣੀ ਸ਼ਬਦਾਵਲੀ ਦੀ ਹੈ। ਬਹੁਤ ਹੀ ਜ਼ਿਆਦਾ ਇਹ ਸੋਹਣੀ ਪੋਇਮ ਜਿਹੜੀ ਹੈਗੀ ਹੈ ਮੈਨੂੰ ਲੱਗਦੀ ਆ, ਠੀਕ ਹੈ। ਸੋ ਮੁੱਲ ਪਾ ਤੂੰ ਆਪਣਾ, ਪ੍ਰੋਫੈਸਰ ਪੂਰਨ ਸਿੰਘ ਦੀ ਲਿਖੀ ਹੋਈ ਕਵਿਤਾ ਹੈ। ਇਸਦੇ ਵਿੱਚ ਹੈ ਕਿ ਆਪਾਂ ਨੂੰ ਆਪਣਾ ਮੁੱਲ ਪਾਉਣਾ ਚਾਹੀਦਾ ਹੈ ਕਿਉਂਕਿ ਪਰਮਾਤਮਾ ਨੇ ਸਾਨੂੰ ਸਭ ਨੂੰ ਬਣਾਇਆ ਹੈ ਅਤੇ ਜਿਹੜਾ ਆਪਾਂ ਹਾਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਅਤੇ ਸਾਨੂੰ ਆਪਣੇ ਜੀਵਨ ਦਾ ਮੁੱਲ ਪਾਉਣਾ ਚਾਹੀਦਾ ਹੈ। ਤਾਂ ਕਵੀ ਨੌਜਵਾਨਾਂ ਨੂੰ ਆਪਣਾ ਮੁੱਲ ਪਾਉਣ ਲਈ ਕਿਉਂ ਕਹਿੰਦਾ ਹੈ? ਕਿਉਂਕਿ ਹਰ ਵਿਅਕਤੀ ਨੂੰ ਪਰਮਾਤਮਾ ਨੇ ਆਪ ਸਿਰਜਿਆ, ਆਪ ਬਣਾਇਆ, ਉਹਦੇ ਲਈ ਅਨੇਕ ਸੰਭਾਵਨਾਵਾਂ ਵੀ ਪੈਦਾ ਕੀਤੀਆਂ ਨੇ, ਪੋਸੀਬਿਲਿਟੀਜ਼ ਉਸਨੂੰ ਦਿੱਤੀਆਂ ਨੇ, ਉਹ ਬਹੁਤ ਕੁਝ ਕਰ ਸਕਦਾ ਹੈ ਅਤੇ ਇਸ ਲਈ ਉਸਨੂੰ ਆਪਣੇ ਜੀਵਨ ਦਾ ਮੁੱਲ ਪਾਉਣਾ ਚਾਹੀਦਾ। ਰੱਬ ਅਤੇ ਪ੍ਰਕਿਰਤੀ ਨੂੰ ਪਿਆਰ ਕਰਨ ਨਾਲ ਕੀ ਹਾਸਿਲ ਹੁੰਦਾ ਹੈ? ਪਿਆਰ ਕਰਨ ਦੇ ਨਾਲ ਜਿਹੜਾ ਹੈ ਆਤਮ ਵਿਸ਼ਵਾਸ ਪੈਦਾ ਹੋ ਜਾਂਦਾ ਹੈ, ਬੰਦਾ ਨਿਰਾਸ਼ ਨਹੀਂ ਹੁੰਦਾ, ਬੰਦਾ ਉਦਾਸ ਨਹੀਂ ਹੁੰਦਾ, ਇਸ ਚੀਜ਼ ਤੋਂ ਬਾਹਰ ਨਿਕਲ ਆਉਂਦਾ, ਜੀਵਨ ਨਾਲ ਇਕਸੁਰ ਹੋ ਜਾਂਦਾ ਹੈ ਅਤੇ ਕੁਝ ਵੀ ਕਰ ਸਕਦਾ ਹੈ ਜੇਕਰ ਉਹ ਰੱਬ ਨੂੰ, ਪ੍ਰਕਿਰਤੀ ਨੂੰ ਪਿਆਰ ਕਰੇਗਾ।
ਕਵੀ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਕਿਸ 'ਤੇ ਭਰੋਸਾ ਕਰਨ ਨੂੰ ਕਹਿੰਦਾ? ਸਿਰਫ ਪਰਮਾਤਮਾ 'ਤੇ ਭਰੋਸਾ ਕਰਨ ਨੂੰ ਕਹਿੰਦਾ ਹੈ। ਕਿਉਂ? ਕਿਉਂਕਿ ਪਰਮਾਤਮਾ ਹੀ ਹਰ ਵਿਅਕਤੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ, ਉਹ ਤਾਂ ਦਾਤਾ ਹੈ, ਦੇਣ ਵਾਲਾ ਹੈ, ਅਤੇ ਨਾਲ ਹੀ ਰਚਣਹਾਰਾ ਵੀ ਹੈ, ਜਿਸਨੇ ਆਪ ਸਾਨੂੰ ਪੈਦਾ ਕੀਤਾ। ਕਵੀ ਨੌਜਵਾਨਾਂ ਨੂੰ ਕਮਲ ਦੇ ਫੁੱਲ ਵਾਂਗੂ ਖਿੜਨ ਲਈ ਕਿਉਂ ਪ੍ਰੇਰਿਤ ਕਰਦਾ ਹੈ? ਕਿਉਂਕਿ ਕਮਲ ਦਾ ਫੁੱਲ ਚਿੱਕੜ 'ਚ ਉੱਗ ਕੇ ਵੀ ਇਸ ਤੋਂ ਨਿਰਲੇਪ ਰਹਿੰਦਾ ਹੈ, ਬਹੁਤ ਹੀ ਜ਼ਿਆਦਾ ਸਾਫ਼ ਸੁਥਰਾ ਰਹਿੰਦਾ। ਦੇਖੋ, ਪਾਣੀ 'ਚ ਚਿੱਕੜ ਚੁੱਗਦਾ ਹੈ। ਇਸੇ ਤਰ੍ਹਾਂ ਮਨੁੱਖ ਨੂੰ ਵੀ ਵਿਕਾਰਾਂ ਦੀ ਮਲੀਨਤਾ, ਵਿਕਾਰ ਮਤਲਬ ਜਿਹੜੇ ਬੁਰੀਆਂ ਚੀਜ਼ਾਂ ਨੇ, ਉਹਨਾਂ ਦੀ ਮਲੀਨਤਾ ਤੋਂ ਨਿਰਲੇਪ ਮਤਲਬ ਅਲੱਗ ਰਹਿਣਾ ਚਾਹੀਦਾ ਹੈ, ਹਮੇਸ਼ਾ ਖਿੜੇ ਰਹਿਣਾ ਚਾਹੀਦਾ, ਖੁਸ਼ ਰਹਿਣਾ ਚਾਹੀਦਾ, ਤਾਂ ਹੀ ਇਹ ਜਿਹੜਾ ਵਿਅਕਤੀ ਹੈ ਉਹ ਸਫਲ ਹੋ ਸਕਦਾ। ਯੂਸਫ ਅਤੇ ਸੁਲੇਮਾਨ ਕੌਣ ਸੀ? ਯੂਸਫ ਇੱਕ ਸੁੰਦਰ ਰਾਜਕੁਮਾਰ ਸੀ ਜੋ ਜੁਲੇਖਾ ਨੂੰ ਪਿਆਰ ਕਰਦਾ ਸੀ, ਪਰ ਉਸਨੂੰ ਇੱਕ ਗੁਲਾਮ ਵਾਂਗ ਮੰਡੀ ਦੇ ਵਿੱਚ ਵਿਕਣਾ ਪਿਆ ਸੀ। ਹੈ ਰਾਜਕੁਮਾਰ ਸੀ ਲੇਕਿਨ ਮੰਡੀ ਦੇ ਵਿੱਚ ਵਿਕ ਗਿਆ ਸੀਗਾ। ਸੁਲੇਮਾਨ ਇੱਕ ਬਾਦਸ਼ਾਹ ਸੀ ਜੋ ਕਿ ਬਹੁਤ ਬੁੱਧੀਮਾਨ ਸੀ, ਇਨਸਾਫ਼ ਪਸੰਦ ਸੀ, ਤਾਂ ਦੋਨੋਂ ਹੀ ਚੰਗੇ ਮਨੁੱਖਾਂ ਦੇ ਪ੍ਰਤੀਕ ਦੇ ਵਜੋਂ ਜਿਹੜੇ ਨੇ ਪੇਸ਼ ਕੀਤੇ ਗਏ ਨੇ। ਹੁਣ ਹੈ ਬਾਵਾ ਬਲਵੰਤ ਦੀ ਲਿਖੀ ਹੋਈ ਬਹੁਤ ਹੀ ਜ਼ਿਆਦਾ ਪਿਆਰੀ ਜੀ ਪੋਇਮ ਫੇਰ ਪਾਰੋ ਨੇ ਕਿਹਾ, ਠੀਕ ਹੈ। ਤਾਂ ਇਹ ਪਾਰਵਤੀ, ਸ਼ਿਵ ਪਾਰਵਤੀ ਜੀ ਦੀ ਜਿਹੜੀ ਹੈਗੀ ਆ, ਉਹਨਾਂ ਦੇ ਥੀਮ ਬੇਸਡ ਇਹ ਕਵਿਤਾ ਹੈਗੀ ਹੈ। ਕਵੀ ਨੇ ਕਵਿਤਾ ਵਿੱਚ ਕਿਸ ਨੂੰ ਜਗਾਉਣ ਲਈ ਕਿਹਾ? ਕਵੀ ਸ਼ਿਵ ਨੂੰ ਜਾਗਣ ਦਾ ਸੁਨੇਹਾ ਦਿੰਦਾ ਹੈ। ਇਹ ਸੁਨੇਹਾ ਪਾਰਵਤੀ ਦੇਵੀ ਰਾਹੀਂ ਦਿੱਤਾ ਗਿਆ ਹੈ। ਪਾਰਵਤੀ ਕਹਿੰਦੀ ਹੈ, ਕਹਿੰਦੀ ਸ਼ਿਵ ਜੀ ਜਾ ਕੇ ਆਪਣੇ ਖੇਤਾਂ, ਦੇਸ਼ਾਂ ਅਤੇ ਹੋਰ ਵਸੀਲਿਆਂ ਨੂੰ ਸੰਭਾਲੋ, ਵੀ ਜਾਗੋ, ਠੀਕ ਹੈ। ਤਾਂ ਕਵੀ ਨੇ ਤੀਜਾ ਨੇਤਰ ਖੋਲ੍ਹਣ ਲਈ ਕਿਉਂ ਕਿਹਾ ਹੈ? ਜਦੋਂ ਸ਼ਿਵ ਜੀ ਦਾ ਤੀਜਾ ਨੇਤਰ ਖੁੱਲ੍ਹਦਾ ਤਾਂ ਇੱਕ ਤੂਫਾਨ ਆ ਜਾਂਦਾ ਹੈ, ਜ਼ੁਲਮ ਬੇਇਨਸਾਫੀ ਖਤਮ ਹੋ ਜਾਂਦੀ ਹੈ, ਤਾਂ ਹੀ ਜਿਹੜਾ ਹੈ ਕਵੀ ਕਹਿ ਰਿਹਾ ਵੀ ਸ਼ਿਵ ਜੀ ਤੁਸੀਂ ਤੀਜਾ ਨੇਤਰ ਖੋਲ੍ਹੋ। ਤਾਂ ਸ਼ਿਵ ਜੀ ਦਾ ਜਿਹੜਾ ਤੀਜਾ ਨੇਤਰ ਹੈ ਉਹ ਵਿਵੇਕ ਦਾ, ਬਦਲੇ ਦਾ ਪ੍ਰਤੀਕ ਹੈ। ਇਸਦੇ ਖੁੱਲ੍ਹਣ ਨਾਲ ਲੋਕਾਂ ਨੂੰ ਜਿਹੜਾ ਹੈ ਦਬੇ ਕੁਚਲੇ ਲੋਕ ਹੁੰਦੇ ਨੇ ਉਹਨਾਂ ਨੂੰ ਇਨਸਾਫ਼ ਮਿਲਦਾ ਹੈ ਅਤੇ ਗੁਲਾਮੀ ਜਿਹੜੀ ਹੈ ਖਤਮ ਹੋ ਜਾਂਦੀ ਹੈ। ਕਵਿਤਾ ਵਿੱਚ ਸੋਮਨਾਥ ਅਤੇ ਪਾਰੋ ਕਿਸ ਨੂੰ ਕਿਹਾ ਗਿਆ ਹੈ? ਸ਼ਿਵ ਜੀ ਨੂੰ ਸੋਮਨਾਥ ਕਿਹਾ ਗਿਆ, ਪਾਰਵਤੀ ਦੇਵੀ ਨੂੰ ਪਾਰੋ ਕਿਹਾ ਗਿਆ ਹੈ। ਇਹ ਦੋਨੋਂ ਕਿਸਾਨ ਸ਼੍ਰੇਣੀ ਦੇ, ਕਿਸਾਨ ਯਾਨੀ ਕਿ ਕਿਸਾਨ ਸ਼੍ਰੇਣੀ ਦੇ ਪ੍ਰਤੀਕ ਦੇ ਰੂਪ ਦੇ ਵਿੱਚ ਬਣਾਏ ਗਏ ਨੇ। ਕਵੀ ਨੇ ਔਰਤ ਨੂੰ ਕਿਹੜੇ ਕਿਹੜੇ ਰੂਪਾਂ ਦੇ ਵਿੱਚ ਦਰਸਾਇਆ? ਤਾਂ ਕਵੀ ਅਨੁਸਾਰ ਔਰਤ ਇੱਕ ਸ਼ਕਤੀ ਹੈ, ਜਗਤ ਦਾ ਕਲਿਆਣ, ਸੰਸਾਰ ਦਾ ਕਲਿਆਣ ਕਰ ਸਕਦੀ ਹੈ। ਉਸਦੀ ਕੁੱਖ ਦੇ ਵਿੱਚੋਂ, ਉਸਦੇ ਪੇਟ ਦੇ ਵਿੱਚੋਂ ਪੈਦਾ ਹੋਣ ਵਾਲਾ ਜਿਹੜਾ ਬੱਚਾ ਹੈ ਨਰਕਾਂ ਨੂੰ ਵੀ ਸਵਰਗ ਬਣਾ ਸਕਦਾ ਹੈ, ਮੌਤ ਨੂੰ ਜ਼ਿੰਦਗੀ ਦੇ ਵਿੱਚ ਬਦਲ ਸਕਦਾ ਹੈ। ਤਾਂ ਇਸ ਕਰਕੇ ਜਿਹੜਾ ਹੈ ਔਰਤ ਦਾ ਸਤਿਕਾਰ ਕਰਨਾ ਚਾਹੀਦਾ। ਜਾਗ੍ਰਿਤ ਮਨੁੱਖ, ਜਾਗ੍ਰਿਤ ਯਾਨੀ ਕਿ ਜਾਗਿਆ ਹੋਇਆ ਮਨੁੱਖ ਕੀ ਕਰ ਸਕਦਾ? ਤਾਂ ਜਿਹੜਾ ਜਾਗ੍ਰਿਤ ਮਨੁੱਖ ਹੈ ਆਪਣੇ ਵਿਰੁੱਧ ਜਿਹੜੀਆਂ ਸਾਜ਼ਿਸ਼ਾਂ ਹੋ ਰਹੀਆਂ ਨੇ ਉਹਨਾਂ ਨੂੰ ਸਮਝ ਸਕਦਾ, ਪਸ਼ੂ ਤੋਂ ਇਨਸਾਨ ਬਣ ਜਾਂਦਾ, ਉਸਦੇ ਜਾਗਣ ਨਾਲ ਦੁਨੀਆ ਦਾ ਨਕਸ਼ਾ ਬਦਲ ਜਾਂਦਾ, ਬੇਇਨਸਾਫੀ ਖਤਮ ਹੋ ਜਾਂਦੀ ਹੈ, ਜ਼ੁਲਮ ਖਤਮ ਹੋ ਜਾਂਦੇ ਨੇ, ਅਤੇ ਇੱਕ ਲੋਕ ਪੱਖੀ ਇਨਕਲਾਬ ਜਿਹੜਾ ਹੈ ਆ ਜਾਂਦਾ। ਅੰਬੀ ਦੇ ਬੂਟੇ ਥੱਲੇ ਬਹੁਤ ਹੀ ਕੰਟਰੋਵਰਸ਼ੀਅਲ ਪੋਇਮ ਸੀ ਪ੍ਰੋਫੈਸਰ ਮੋਹਨ ਸਿੰਘ ਦੀ, ਕਿਉਂਕਿ ਇਹਦੇ ਵਿੱਚ ਕਿਹਾ ਗਿਆ ਕਿ ਵਲਗੈਰਿਟੀ, ਅਸ਼ਲੀਲਤਾ ਯੂਜ਼ ਕੀਤੀ ਗਈ ਹੈ, ਠੀਕ ਹੈ। ਸੋ ਇਹ ਬਹੁਤ ਹੀ ਜ਼ਿਆਦਾ ਕੰਟਰੋਵਰਸ਼ੀਅਲ ਆਲੋਚਨਾ ਜਿਹੜੀ ਸੀ ਇਸ ਪੋਇਮ ਦੀ ਬਹੁਤ ਜ਼ਿਆਦਾ ਕੀਤੀ ਗਈ ਸੀ, ਤਾਂ ਹੈ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਹ ਪੋਇਮ। ਅੰਬੀ ਦੇ ਬੂਟੇ ਥੱਲੇ ਕਵਿਤਾ ਦਾ ਮੁੱਖ ਵਿਸ਼ਾ ਵਸਤੂ ਕੀ ਹੈ? ਤਾਂ ਇਸਦਾ ਮੁੱਖ ਵਿਸ਼ਾ ਹੈ ਇੱਕ ਫੌਜੀ ਦੀ ਪਤਨੀ ਦੀਆਂ ਯਾਦਾਂ ਦੇ ਨਾਲ ਸੰਬੰਧਿਤ ਹੈ। ਜਦੋਂ ਜਿਹੜਾ ਪਤੀ ਹੈ ਸਾਲ ਛੁੱਟੀ ਕਾਰਨ ਘਰ ਵਿੱਚ ਸੀ, ਤਾਂ ਪਤਨੀ ਜਿਹੜੀ ਸੀ ਕਿੰਨੀ ਖੁਸ਼ ਸੀ, ਅਤੇ ਉਹਦੀ ਗੈਰ ਹਾਜ਼ਰੀ ਵਿੱਚ ਉਹ ਬਹੁਤ ਜ਼ਿਆਦਾ ਉਦਾਸ ਹੈ, ਤਾਂ ਇਹੀ ਜਿਹੜਾ ਹੈ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਆ। ਤਾਂ ਕਵਿਤਾ ਦੀ ਨਾਇਕਾ ਕਿਸਦੀ ਯਾਦ 'ਚ ਚੜਫ ਰਹੀ ਹੈ? ਤਾਂ ਇਸ ਜਿਹੜੀ ਹੈਗੀ ਹੈ ਕਵਿਤਾ ਦੀ ਨਾਇਕਾ ਜਿਹੜੀ ਹੈ ਆਪਣੇ ਪਤੀ ਦੀ ਯਾਦ ਦੇ ਵਿੱਚ ਤੜਫ ਰਹੀ ਹੈ, ਕਿਉਂਕਿ ਉਸਦਾ ਪਤੀ ਇੱਕ ਫੌਜੀ ਹੈ ਅਤੇ ਕਾਫੀ ਦੇਰ ਤੋਂ ਛੁੱਟੀ ਦੇ ਉੱਤੇ ਨਹੀਂ ਆਇਆ ਹੈ, ਸਾਲਾਨਾ ਛੁੱਟੀ ਕੱਟ ਕੇ ਉਹ ਵਾਪਸ ਚਲਾ ਗਿਆ, ਤਾਂ ਹੁਣ ਉਸਦੇ ਕੋਲ ਜਿਹੜਾ ਹੈ ਉਸਦੀ ਵਾਈਫ ਦੇ ਕੋਲ ਮਿੱਠੀਆਂ ਯਾਦਾਂ ਹੀ ਉਸਨੂੰ ਦੁੱਖ ਦੇ ਰਹੀਆਂ ਨੇ, ਅਤੇ ਉਹ ਯਾਦ ਕਰਦੀ ਹੈ ਕਿ ਉਹ ਜਿਹੜਾ ਹੈ ਅੰਬੀ ਦੇ ਬੂਟੇ ਥੱਲੇ ਕਿੱਦਾਂ ਜਿਹੜੇ ਹੈ ਦੋਨੋਂ ਹਸਬੈਂਡ ਵਾਈਫ ਜਿਹੜੀ ਸੀ ਚੋਲ ਮੋਲ ਕਰਦੇ ਹੁੰਦੇ ਸੀਗੇ। ਸੋ ਕਵਿਤਾ ਦੀ ਨਾਇਕਾ
ਪ੍ਰੇਮੀ ਨਾਲ ਬਿਤਾਏ ਹੋਏ ਕਿਹੜੇ ਪਲ ਯਾਦ ਕਰੀ ਹੈ? ਤਾਂ ਉਹ ਯਾਦ ਕਰ ਰਹੇ ਨੇ ਕਿ ਜਦੋਂ ਆਪਣੇ ਸੁੱਤੇ ਪਏ ਪਤੀ ਦੇ ਮੱਥੇ ਉੱਤੇ ਚਰਖੇ ਦੀ ਚਰਮਕ ਤੋਂ ਕਾਲਕ ਲਾ ਕੇ ਜਿਹੜੀ ਸੀ ਉਸਦੇ ਮੱਥੇ 'ਤੇ ਲਗਾ ਦਿੱਤੀ ਸੀ, ਤਾਂ ਦੋਵੇਂ ਇੱਕ ਦੂਜੇ ਦੇ ਅੱਗੇ ਪਿੱਛੇ ਨੱਠਦੇ ਰਹੇ ਅਤੇ ਦੋਹਾਂ ਨੂੰ ਬਹੁਤ ਆਨੰਦ ਆਇਆ ਅਤੇ ਦੋਵੇਂ ਬਹੁਤ ਹੀ ਖੁਸ਼ੀ ਦੇ ਨਾਲ ਜਿਹੜੇ ਸੀਗੇ ਇੱਕ ਦੂਜੇ ਪਿੱਛੇ ਭੱਜ ਰਹੇ ਸੀ। ਨਾਇਕਾ ਅੰਬੀ ਦੇ ਬੂਟੇ ਨੂੰ ਕਿਉਂ ਵੱਢਣਾ ਚਾਹੁੰਦੀ ਹੈ? ਕਿਉਂਕਿ ਇਸਨੂੰ ਦੇਖ ਕੇ ਉਸਨੂੰ ਬਾਰ ਬਾਰ ਆਪਣੇ ਪਤੀ ਦੀ ਯਾਦ ਆਈ ਜਾਂਦੀ ਹੈ, ਜੋ ਕਿ ਉਸ ਤੋਂ ਬਰਦਾਸ਼ਤ ਨਹੀਂ ਹੋ ਰਹੀ, ਤਾਂ ਕਰਕੇ ਉਹ ਅੰਬੀ ਦੇ ਬੂਟੇ ਨੂੰ ਵੱਢਣਾ ਚਾਹੁੰਦੀ ਹੈ। ਕਵਿਤਾ ਵਿੱਚ ਕਵੀ ਪ੍ਰਕਿਰਤੀ ਚਿਤਰਨ ਕਿਸ ਤਰ੍ਹਾਂ ਦਾ ਕਰਦਾ? ਤਾਂ ਇਸਦੇ ਵਿੱਚ ਨੇਚਰ ਦਾ ਵਰਣਨ, ਕੁਦਰਤ ਦਾ ਵਰਣਨ ਕਿੱਦਾਂ ਕੀਤਾ ਗਿਆ? ਕੋਇਲ ਦੀਆਂ ਕੂਕਾਂ, ਸਾਵਣ ਦੀਆਂ ਝੜੀਆਂ, ਪੱਤਿਆਂ ਦੀ ਖੜਖੜ, ਇਹ ਸਾਰੇ ਦ੍ਰਿਸ਼ ਜਿਹੜੇ ਨੇ, ਅੰਬੀ ਦਾ ਬੂਟਾ ਵੀ, ਇਹ ਸਾਰੇ ਦ੍ਰਿਸ਼ ਜਿਹੜੇ ਨੇ ਇਹ ਪ੍ਰਕਿਰਤੀ ਚਿਤਰਨ ਕਰਦੇ ਨੇ। ਅਤੇ ਨਾਇਕਾ ਯਾਨੀ ਕਿ ਜਿਹੜੀ ਫੌਜਣ ਹੈਗੀ ਹੈ, ਫੌਜੀ ਦੀ ਪਤਨੀ ਹੈਗੀ ਹੈ, ਉਸਦੇ ਦੁੱਖ ਦੇ ਵਿੱਚ ਹੋਰ ਵੀ ਵਾਧਾ ਕਰਦੇ ਨੇ। ਅਗਲਾ ਨੈਕਸਟ ਹੈ ਆਪਣਾ ਸੁਨੇਹੜੇ, ਇਹ ਲਿਖਿਆ ਹੋਇਆ ਅੰਮ੍ਰਿਤਾ ਪ੍ਰੀਤਮ ਨੇ। ਬਹੁਤ ਹੀ ਇੰਪੋਰਟੈਂਟ ਪੋਇਮ ਹੈ, ਬਹੁਤ ਹੀ ਜ਼ਿਆਦਾ ਪਿਆਰੀ ਜੀ ਪੋਇਮ ਹੈ, ਇਸਦੇ ਵਿੱਚੋਂ ਪੱਕਾ ਹੀ ਕੁਸ਼ਚਨ ਪੁੱਛੇ ਜਾਂਦੇ ਨੇ, ਸ਼ੋਰਟ ਵੀ ਅਤੇ ਲੌਂਗ ਵੀ ਆ ਜਾਂਦਾ। ਸੁਨੇਹੜੇ ਕਵਿਤਾ ਦਾ ਵਿਸ਼ਾ ਵਸਤੂ ਕੀ ਹੈ? ਸੁਨੇਹੜੇ ਦੇ ਵਿੱਚ ਕਵਿਤਰੀ ਜਿਹੜੀ ਹੈ ਅੰਮ੍ਰਿਤਾ ਪ੍ਰੀਤਮ, ਉਸਨੇ ਇੱਕ ਪ੍ਰੇਮਿਕਾ ਦੇ ਵਿਛੋੜੇ ਨੂੰ ਬਿਆਨ ਕੀਤਾ। ਸਾਡਾ ਮਰਦ ਪ੍ਰਧਾਨ ਦੇਸ਼ ਹੈ, ਠੀਕ ਹੈ, ਮਰਦ ਪ੍ਰਧਾਨ ਸਮਾਜ ਹੈ ਸਾਡਾ, ਪ੍ਰੇਮੀਆਂ ਨੂੰ ਇੱਕ ਦੂਜੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੰਦਾ। ਅੱਜ ਵੀ ਨਾਰੀ ਵੀ ਹੀਰ ਵਾਂਗੂ, ਸੱਸੀ ਵਾਂਗੂ, ਸੋਹਣੀ ਦੇ ਵਾਂਗੂ ਬੇਬਸ ਹੋਈ ਪਈ ਹੈ। ਤਾਂ ਇਸ ਨੂੰ ਵਿਸ਼ਾ ਵਸਤੂ ਬਣਾ ਕੇ ਜਿਹੜਾ ਹੈ ਅੰਮ੍ਰਿਤਾ ਪ੍ਰੀਤਮ ਨੇ ਸੁਨੇਹੜੇ ਕਵਿਤਾ 'ਚ ਪੇਸ਼ ਕੀਤਾ। ਕਵਿਤਾ ਦੀ ਨਾਇਕਾ ਕਿਸਦੀ ਯਾਦ ਵਿੱਚ ਤੜਫ ਰਹੀ ਹੈ? ਆਪਣੇ ਪ੍ਰੇਮੀ ਦੀ ਯਾਦ ਵਿੱਚ ਤੜਫ ਰਹੀ ਹੈ। ਸਮਾਜ ਉਸਨੂੰ ਆਪਣੇ ਪ੍ਰੇਮੀ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੰਦਾ ਅਤੇ ਉਸਦੀ ਯਾਦ ਦੇ ਵਿੱਚ ਉਹ ਰੋ ਰੋ ਕੇ ਆਪਣੀ ਜ਼ਿੰਦਗੀ ਬਿਤਾ ਰਹੀ ਹੈ, ਮਜਬੂਰ ਹੈ। ਕਵਿਤਰੀ ਦਾ ਭਾਰਤੀ ਨਾਰੀ ਪ੍ਰਤੀ ਦ੍ਰਿਸ਼ਟੀਕੋਣ ਕੀ ਹੈ? ਤਾਂ ਭਾਰਤੀ ਨਾਰੀ ਉਸਦੇ ਅਕੋਰਡਿੰਗ, ਕਵਿਤਰੀ ਦੇ ਅਕੋਰਡਿੰਗ, ਅੰਮ੍ਰਿਤਾ ਪ੍ਰੀਤਮ ਦੇ ਅਕੋਰਡਿੰਗ, ਬਹੁਤ ਹੀ ਜ਼ਿਆਦਾ ਬੇਬਸ ਹੈ, ਮਜਬੂਰ ਹੈ। ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਆਪ ਜੰਗ ਨਹੀਂ ਲੜਦੀ, ਸਗੋਂ ਪ੍ਰੇਮੀ ਉੱਤੇ ਆਸ ਲਗਾਈ ਬੈਠੀ ਹੈ ਕਿ ਉਹ ਆਪਣੀ ਕਲਮ ਦੀ ਤਾਕਤ ਨਾਲ ਇਸ ਸੰਸਾਰ ਨੂੰ, ਯੁੱਗ ਨੂੰ ਬਦਲ ਦੇਗਾ ਅਤੇ ਨਵੇਂ ਯੁੱਗ ਵਿੱਚ ਉਹ ਪੂਰੀ ਤਰ੍ਹਾਂ ਆਜ਼ਾਦੀ ਦੇ ਨਾਲ ਮਿਲ ਸਕਣਗੇ। ਬਿਰਹਾ ਵਿੱਚ ਤੜਪਦੀ ਨਾਰੀ ਨੂੰ ਕਦੋਂ ਖੁਸ਼ੀ ਮਿਲਦੀ ਹੈ? ਉਸਨੂੰ ਉਦੋਂ ਖੁਸ਼ੀ ਮਿਲਦੀ ਹੈ ਜਦੋਂ ਉਸਦਾ ਪ੍ਰੇਮੀ ਮਿਲਣ ਲਈ ਜਦੋਂ ਹੈ ਆ ਜਾਂਦਾ ਹੈ, ਉਸਦਾ ਹਾਲ ਚਾਲ ਪੁੱਛਦਾ ਹੈ ਅਤੇ ਦਰਦ ਵੰਡਾ ਲੈਂਦਾ ਹੈ। ਕਵਿਤਾ ਵਿੱਚ ਕਿਹੜੇ ਕਿਹੜੇ ਲੋਕ ਨਾਇਕਾਂ ਦਾ ਜ਼ਿਕਰ ਹੈ? ਤਾਂ ਲੋਕ ਨਾਇਕ ਸੱਸੀ ਪੁੰਨੂ, ਹੀਰ ਰਾਂਝਾ, ਸੋਹਣੀ ਮਹੀਵਾਲ ਵਰਗੇ ਲੋਕ ਨਾਇਕਾਂ ਦਾ ਵੀ ਜ਼ਿਕਰ ਹੋਇਆ, ਪਲੱਸ ਕੈਦੋਂ ਵਰਗੇ ਖਲਨਾਇਕ ਦਾ ਵੀ ਜਿਹੜਾ ਹੈ ਜ਼ਿਕਰ ਇੱਥੇ ਹੋਇਆ। ਸੋ ਨੈਕਸਟ ਹੈ ਆਪਣੀ ਪੋਇਮ ਮਸੀਹਾ, ਸ਼ਿਵ ਕੁਮਾਰ ਬਟਾਲਵੀ ਦੀ ਲਿਖੀ ਹੋਈ ਪੋਇਮ ਹੈ। ਸ਼ਿਵ ਕੁਮਾਰ ਦੀ ਕਲਮ ਜੋ ਲਿਖਦੀ ਸੀ ਉਸਦੇ ਨਾਲ ਜਿਹੜਾ ਸੀਗਾ ਬਹੁਤ ਹੀ ਜ਼ਿਆਦਾ ਰੈਵੋਲਿਊਸ਼ਨ, ਕ੍ਰਾਂਤੀ ਆ ਜਾਂਦੀ ਸੀ, ਬਹੁਤ ਹੀ ਸੋਹਣਾ ਲਿਖਦੇ ਸੀ। ਇਹ ਬਹੁਤ ਸਾਰੇ ਬੱਚਿਆਂ ਨੇ ਸ਼ਿਵ ਕੁਮਾਰ ਬਟਾਲਵੀ ਦੀਆਂ ਜਿਹੜੀਆਂ ਹੈ ਪੋਇਮਸ ਪੜ੍ਹੀਆਂ ਹੋਣੀਆਂ। ਤਾਂ ਮਸੀਹਾ ਵੀ ਉਹਨਾਂ ਦੇ ਵਿੱਚੋਂ ਇੱਕ ਹੈ। ਮਸੀਹਾ ਤੋਂ ਕੀ ਭਾਵ ਹੈ? ਪੈਗੰਬਰ, ਠੀਕ ਹੈ, ਮਸੀਹਾ ਤੋਂ ਭਾਵ ਹੈ ਪੈਗੰਬਰ, ਉਹ ਮਹਾਂਪੁਰਸ਼ ਜੋ ਕਿ ਦੇਸ਼ ਦੇ ਕਲਿਆਣ ਲਈ, ਲੋਕਾਂ ਦੇ ਕਲਿਆਣ ਲਈ, ਸਮਾਜ ਦੇ ਕਲਿਆਣ ਲਈ ਇਸ ਧਰਤੀ ਦੇ ਉੱਤੇ ਜਿਹੜਾ ਹੈ ਕੋਈ ਨਵਾਂ ਸੰਦੇਸ਼ ਲੈ ਕੇ ਪੈਦਾ ਹੁੰਦਾ। ਹਜ਼ਰਤ ਈਸਾ ਨੂੰ ਵੀ ਮਸੀਹਾ ਕਿਹਾ ਜਾਂਦਾ, ਠੀਕ ਹੈ। ਤਾਂ ਮਸੀਹਾ ਇੱਕ ਜਿਹੜਾ ਹੈ ਪੈਗੰਬਰ ਨੂੰ, ਮਹਾਂਪੁਰਸ਼ ਨੂੰ ਕਿਹਾ ਜਾਂਦਾ। ਕਵੀ ਜ਼ਿੰਦਗੀ ਦੇ ਕਿਹੜੇ ਕਿਹੜੇ ਅਮਲਾਂ ਦੀ ਜ਼ਿਕਰ ਜਿਹੜਾ ਹੈ ਕਰਦਾ? ਕਵੀ ਕਹਿੰਦਾ ਕਿ ਲੋਕ ਹੱਕਾਂ ਅਧਿਕਾਰਾਂ ਲਈ ਜੂੰਝਣਾ ਭੁੱਲ ਗਏ ਨੇ, ਹੱਕਾਂ ਲਈ ਲੜਨਾ, ਅਧਿਕਾਰਾਂ ਲਈ ਲੜਨਾ ਜਿਹੜਾ ਨੇ ਭੁੱਲ ਗਏ ਨੇ। ਉਹ ਨਾਇਨਸਾਫ਼ੀ, ਸਮਾਜਿਕ ਅਨਿਆਏ ਦੇ ਵਿਰੁੱਧ ਸੰਘਰਸ਼ ਨਹੀਂ ਕਰਦੇ, ਸਗੋਂ ਜੂਝਦੇ ਰਹਿੰਦੇ ਨੇ, ਸੰਘਰਸ਼ ਕਰਦੇ ਰਹਿੰਦੇ ਨੇ। ਕਵੀ ਅਨੁਸਾਰ ਜ਼ਿੰਦਗੀ ਕੀ ਹੈ? ਜ਼ਿੰਦਗੀ ਇੱਕ ਫਰਜ਼ ਹੈ, ਇੱਕ ਜ਼ਿੰਮੇਵਾਰੀ ਹੈ। ਹਰ ਮਨੁੱਖ ਨੂੰ ਲੋਕ ਕਲਿਆਣ ਲਈ, ਸਮਾਜ ਲਈ ਜਿਹੜਾ ਹੈ ਆਪਣੇ ਫਰਜ਼ ਨਿਭਾਉਣੇ ਚਾਹੀਦੇ ਨੇ। ਜ਼ਿੰਦਗੀ ਕੋਈ ਸੁਪਨਾ ਨਹੀਂ ਹੈ, ਕਹਿੰਦੇ ਅਸਲੀਅਤ ਹੈ, ਹਕੀਕਤ ਹੈ।
ਕਵੀ ਅਨੁਸਾਰ ਅੱਜ ਦੋਸਤੀ ਦਾ ਸਰੂਪ ਕਿਸ ਤਰ੍ਹਾਂ ਦਾ ਹੈ? ਕਵੀ ਅਨੁਸਾਰ ਬਹੁਤੇ ਲੋਕ ਦੋਸਤੀ ਦਾ ਜਿਹੜਾ ਹੈ ਅਰਥ ਨਹੀਂ ਜਾਣਦੇ, ਦੋਸਤੀ ਦਾ ਅਰਥ ਨਹੀਂ ਜਾਣਦੇ, ਸਵਾਰਥੀ ਬਣ ਜਾਂਦੇ ਨੇ ਅਤੇ ਇਸ ਤਰ੍ਹਾਂ ਆਪਣੇ ਜਿਹੜੀ ਹੈ ਦੋਸਤੀ ਨੂੰ ਕਲੰਕਿਤ ਕਰ ਦਿੰਦੇ ਨੇ। ਇਹ ਇੱਕ ਚੰਗਾ ਵਤੀਰਾ ਨਹੀਂ ਹੈ। ਤਾਂ ਅੱਜ ਜਿਹੜੀ ਦੋਸਤੀ ਦਾ ਸਰੂਪ ਸਵਾਰਥੀ ਪੁਣਾ ਵਾਲਾ ਹੈ, ਠੀਕ ਹੈ ਜੀ। ਕਵਿਤਾ ਦੇ ਵਿੱਚ ਜਿਹੜਾ ਹੈ ਕਵੀ ਮਸੀਹੇ ਦੇ ਰੂਪ ਦੇ ਵਿੱਚ ਕੀ ਸੁਨੇਹਾ ਦੇਣਾ ਚਾਹੁੰਦਾ ਹੈ? ਤਾਂ ਕਵੀ ਇਹ ਸੁਨੇਹਾ ਦੇਣਾ ਚਾਹੁੰਦਾ ਕਿ ਮੈਂ ਦੋਸਤਾਂ ਲਈ ਮਰਾਂਗਾ, ਉਹਨਾਂ ਦੇ ਅਧਿਕਾਰਾਂ ਲਈ। ਜੇ ਉਹਨੂੰ ਕਹਿੰਦਾ ਮੈਨੂੰ ਸੂਲੀ 'ਤੇ ਵੀ ਚੜ੍ਹਨਾ ਪਿਆ ਤਾਂ ਮੈਂ ਝਿਜਕਾਂਗਾ ਨਹੀਂ, ਕਿਉਂਕਿ ਸਵਾਰਥੀ ਪੁਣਾ ਬਹੁਤ ਆ ਗਿਆ। ਤਾਂ ਮੈਂ ਇੱਕ ਮਿਸਾਲ ਦੇਣਾ ਚਾਹੁੰਦਾ, ਇਗਜ਼ਾਮਪਲ ਦੇਣਾ ਚਾਹੁੰਦਾ ਕਿ ਮੈਂ ਜਿਹੜਾ ਹੈ ਮਸੀਹੇ ਦੇ ਰੂਪ ਦੇ ਵਿੱਚ ਜਿਹੜਾ ਹੈ ਸੁਨੇਹਾ ਦੇਣਾ ਚਾਹੁੰਦਾ। ਤਾਂ ਇਹ ਸੀ ਅੱਜ ਦੀਆਂ ਵੀਡੀਓਜ਼। ਨੈਕਸਟ ਜਿਹੜੇ ਟੋਪਿਕਸ ਨੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਸ਼ੋਰਟ ਕੁਸ਼ਚਨ ਕਵਰ ਕਰਾਂਗੇ। ਦੋ ਤਿੰਨ ਐਸੇ ਜਿਹੜੇ ਹੈ ਪਾਰਟਸ ਆਉਣਗੇ। ਸੋ ਹੋਪ ਤੁਹਾਨੂੰ ਪਸੰਦ ਆਇਆ ਹੋਏਗਾ। ਮਿਲਦੇ ਨਵੇਂ ਵੀਡੀਓ ਦੇ ਨਾਲ। ਥੈਂਕ ਯੂ ਸੋ ਮੱਚ।